ਸੋ ਤੁਸੀਂ ਗੱਲ ਕਰੀਏ ਪੰਜਾਬ ਦੇ ਦਾ ਪੰਜਾਬ ਵਿੱਚ ਯਾਦਾ ਜੋ ਗੈਂਗਸਟਰਸ ਨੇ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਏ ਨੇ ਜਾਂ ਫਿਰ ਆਪਸੀ ਰੰਜਿਸ਼ ਕਰਕੇ ਉਹਨਾਂ ਦੀ ਮੌਤ ਹੁੰਦੀ ਜਾ ਰਹੀ ਹੈ ਪਰ ਇਸ ਵਕਤ ਦੀ ਗੱਲ ਕਰੀਏ ਤਾਂ ਇੱਕ ਵੱਡਾ ਗੈਂਗਸਟਰ ਫਰੀਦਕੋਟ ਪੁਲਿਸ ਦੇ ਹੱਥ ਲੱਗਿਆ ਹੈ ਸਾਡੇ ਨਾਲ ਐਸਪੀ ਸਾਹਿਬ ਮੌਜੂਦ ਨੇ ਸਰ ਜੋ ਗੈਂਗਸਟਰ ਹੁਣ ਕਾਬੂ ਆਇਆ ਹੈ ਕਿਸ ਤਰੀਕੇ ਦਾ ਗੈਂਗਸਟਰ ਹੈ ਕਿਸ ਗੈਂਗ ਗੈਂਗਰ ਨਾਲ ਸੰਬੰਧਿਤ ਹੈਗਾ ਇਹ ਜੋ ਇੱਕ ਮਨਪ੍ਰਿਤ ਨਾਮ ਦਾ ਹੈਗਾ ਜੋ ਰਾਮਪਰਾ ਫੋਲ ਦਾ ਰਹਿਣ ਵਾਲਾ ਹੈਗਾ ਇਹ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਜੋ ਕੈਨੇਡਾ ਹੈਗਾ ਉਹਨਾਂ ਦੇ ਨਾਲ ਦਾ ਇਹ ਗੈਂਗਸਟਰ ਹੈਗਾ ਤੇ ਇਸਨੇ ਰੀਸੈਂਟਲੀ ਜੋ ਕੋਟਕੂਆ ਵਿੱਚ ਗੋਲੀ ਚੱਲੀ ਸੀ ਉਸ ਵਿੱਚ ਵੀ ਇਹ ਕਰੋਲਾ ਕਾਰ ਚ ਜੋ ਦਿੱਲੀ ਦੇ ਜਪਾਨ ਹਰਿਆਣੇ ਦੇ ਕੁਛ ਦੇ ਸਾਥੀ ਸੀ ਗੋਲਡੀ ਬਰਾੜ ਦੇ ਉਹਨਾਂ ਦੇ ਨਾਲ ਹੀ ਆਇਆ ਸੀ ਤੇ ਉਸ ਤੋਂ ਬਾਅਦ ਇਹ ਗੋਲੀ ਚਲਾ ਕੇ ਉੱਥੇ ਫਰਾਰ ਹੋ ਗਏ ਸੀ ਤੇ ਅੱਜ ਅੱਜ ਇਸ ਨੂੰ ਅਸੀਂ ਇੱਕ ਸੈਮੀ ਆਟੋਮੈਟਿਕ ਪਿਸਟ ਨਾਲ ਜੋ 9mm ਪਿਸਤਲ ਨੇ ਨੂੰ ਗ੍ਰਿਫਤਾਰ ਕੀਤਾ ਹੈਗਾ ਤੀਸਰਾ ਇੱਕ ਸਾਥੀ ਵੀ ਜੋ ਹੈਗਾ ਜੋ ਮਿਆਂਕ ਜਾਦਵ ਉਸਨੂੰ ਵੀ ਗ੍ਰਿਫਤਾਰ ਕੀਤਾ ਹੈ ਸਰ ਜਿਹੜਾ ਪਿਸਤਲ ਹੈਗਾ ਇਹ ਕੰਟਰੀ ਮੈਡ ਹੈ ਕਿਥੋਂ ਬਾਹਰ ਦਾ ਜੀ ਨਹੀਂ ਇਹ ਹੈ ਮੇਡ ਇਨ ਤੁਰਕੀ ਇਹ ਇੱਕ ਸੈਮੀ ਆਟੋਮੈਟਿਕ ਇੱਕ ਕਾਫੀ ਵਧੀਆ ਜੋ ਹਾਈ ਕਲਾਸ ਪਿਸਤਲ ਹੈਗਾ ਹੈ ਇਹ ਤੁਰਕੀ ਸਹਿਜ ਹੀ ਮਿਲ ਜਾਂਦੇ ਹੈ ਜੇ ਪਿਸਤਲ ਨਹੀਂ ਇਹ ਇਥੋਂ ਪ੍ਰੋਹੇਟਡ ਪਿਸਤਲ ਹੈਗਾ 9mm ਇਹ ਇਥੋਂ ਨਹੀਂ ਮਿਲ ਸਕਦੇ ਇਟ ਮਸਟ ਮਸਟ ਬੀ ਸਮਗਲ ਇਲੀਗਲ ਹੁਣ ਕਿਸ ਤਰੀਕੇ ਨਾਲ ਕਾਬੂ ਆਇਆ ਪੁਲਿਸ ਦੇ ਸੂਚਨਾ ਸਿਕੀ ਕੋਈ ਪਹਿਲੇ ਤੋਂ ਨਹੀਂ ਜੋ ਅਸਾਸਿਨ ਇਨਚਾਰਜ ਸਾਡੇ ਇਨਚਾਰਜ ਸੀਆਈਏ ਦਲਬੀਰ ਸਿੰਘ ਜੀ ਹੈਗੇ ਹਨ ਨੇ ਨਾਕਾ ਲਗਾਇਆ ਹੋਇਆ ਸੀ ਉੱਥੇ ਜਤੋਰ ਉਹ ਬਠਿੰਡਾ ਰੋਡ ਤੇ ਤੇ ਉੱਥੋਂ ਇੱਕ ਇੱਕ ਪਲੇਟਿਨਮ ਮੋਟਰਸਾਈਕਲ ਤਿਆਰੀ ਸੀ ਤੇ ਅਨੰਦ ਦਾ ਸ਼ੱਕ ਦੀ ਵਜ੍ਹਾ ਨਾਲ ਨੇ ਰਿ ਸਰਚ ਕੀਤੀ ਤੇ ਇਹਨਾਂ ਕੋਲੋਂ ਸਾਨੂੰ 15 ਤਕਰੀਬਨ 15 ਰਾਊਂਡ ਤੇ ਇੱਕ ਪਿਸਟਲ ਮਿਲਿਆ ਹੈ ਕਿਸ ਤਰੀਕੇ ਇਸ ਸੰਭਾਵਨਾ ਹੈ ਕਿ ਇਹ ਹੁਣ ਰਿਮਾਂਡ ਦੌਰਾਨ ਕੀ ਕੁਝ ਨਿਕਲ ਕੇ ਸਾਹਮਣੇ ਆ ਸਕਦਾ ਹੈ ਰਿਮਾਂਡ ਦੌਰਾਨ ਕਾਫੀ ਖੁਲਾਸੇ ਹੋਣ ਦੀ ਉਮੀਦ ਹੈਗੀ ਹੈ ਅਸੀਂ ਪਹਿਲਾਂ ਤੇ ਪਿਸਟਲ ਦੀ ਪੂਰੀ ਹਿਸਟਰੀ ਵੱਲ ਵੀ ਜਾਵਾਂਗੇ ਤੇ ਬਾਕੀ ਇਹਨਾਂ ਨੇ ਕਿਹੜੀਆਂ ਵਾਰਦਾਤਾਂ 'ਚ ਪਿਸਟਲ ਵਰਤਿਆ ਗਿਆ ਜਾਂ ਕਿਹੜੀਆਂ ਵਾਰਦਾਤਾਂ ਹੋਰ ਕਰਨੀਆਂ ਸੀ ਤੇ ਜਿਹੜੇ ਇਹਦੇ ਹੋਰ ਕਿਹੜੇ ਐਸੋਸੀਏਟਸ ਨੇ ਉਹਨਾਂ ਬਾਰੇ ਸਾਰੇ ਬਾਰੇ ਅਸੀਂ ਪਤਾ ਕਰਾਂਗੇ ਕੁਤਾ ਤੁਹਾਨੂੰ ਇੱਕ ਵਾਰ ਪਿਸਟਲ ਦੀ ਤਸਵੀਰ ਦਿਖਾ ਦਿੰਦੇ ਹਾਂ ਤਾਂ ਵੀ ਬਿਲਕੁਲ ਵਿਦੇਸ਼ੀ ਇਹ ਪਿਸਤਲ ਹੈਗਾ ਜੋ ਕਿ ਪੁਲਿਸ ਨੇ ਕਾਬੂ ਕੀਤਾ ਹੈ ਉਸ ਦੇ ਕੋਲੋਂ ਬੇਸ਼ੱਕ ਬਹੁਤ ਵੱਡੀ ਕਾਮਯਾਬੀ ਪੁਲਿਸ ਦੇ ਲਈ ਕਿਉਂਕਿ ਹੋ ਸਕਦਾ ਹੈ ਕਿ ਜਿਸ ਕਿਉਂਕਿ ਇਸ ਵਕਤ ਦੇ ਪੰਜਾਬ ਦੀ ਸਥਿਤੀ ਦੀ ਗੱਲ ਕਰੀਏ ਤਾਂ ਜਿਸ ਤਰੀਕੇ ਨਾਲ ਬਠਿੰਡਾ ਦਾ ਮਾਮਲੇ ਗੱਲ ਕਰ ਲਈਏ ਜਾਂ ਫਿਰ ਜੈਪੁਰ ਪੁਲਿਸ ਦੀ ਗੱਲ ਕਰ ਲਈਦਾ ਇਸ ਤਰੀਕੇ ਦੇ ਕਾਫੀ ਨਾਮ ਨੇ ਜੋ ਕਿ ਕਿਤਨਾ ਕਿਤੇ ਸਿਰਦਰਦੀ ਬਣੇ ਹੋਏ ਸੀ ਤਾਂ ਪੁਲਿਸ ਵੱਲੋਂ ਇਸ ਦੌਰਾਨ ਇਹੋ ਜਿਹੇ ਗੈਂਗਸਟਰ ਨੂੰ ਕਾਬੂ ਕਰਨਾ ਇੱਕ ਵੱਡੀ ਸਫਲਤਾ ਵਜੋਂ ਵੇਖੀ ਜਾਂਦਾ ਫਿਲਹਾਲ ਵੇਖਦੇ ਆ ਕਿ ਪੁਲਿਸ ਵੱਲੋਂ ਹੁਣ ਜੋ ਜਾਂਚ ਜਾਂਚ ਕੀਤੀ ਜਾਣੀ ਹੈ ਇਸ ਦੇ ਵਿੱਚੇ ਕੀ ਕੁਝ ਖੁਲਾਸੇ ਹੁੰਦੇ ਸੰਭਾਵਨਾ ਜਤਾਈ ਜਾਂਦੀ ਹੈ ਵੇਖਦੇ ਆ ਕੀ ਕੁਝ ਨਿਕਲ ਕੇ ਸਾਹਮਣੇ ਆਵੇਗਾ ਫਰੀਦਕੋਟ ਤੋਂ ਕੈਮਰਾ ਪਰਸਨ ਰਾਜेश ਬਾਗੜੀ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸੂਰਾ ਟੀਵੀ ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ ਰੋਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵਸ ਦੀ ਗੱਲ ਨਹੀਂ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਬੁਰੇ ਸੁਪਨੇ ਵਿਦੇਸ਼ ਯਾਤਰਾ ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ ਬਿਮਾਰੀ ਚ ਦਵਾ ਨਾ ਲੱਗਣਾ ਵਸ਼ੀਕਰਨ ਇੱਕ ਸੱਚਾਈ ਹੈ ਵਸ਼ੀਕਰਨ ਕਰਵਾਓ ਮਨ ਚਾਹਾ ਪਿਆਰ ਪਾਓ ਕੀ ਤੁਹਾਡੀ ਕਿਸਮਤ ਚ ਲੋਟਰੀ ਦਾ ਯੋਗ ਹੈ ਜਾਂ ਨਹੀਂ ਸੱਚਾਈ ਜਾਨੋ ਲੋਟਰੀ ਨੰਬਰ ਪਾਓ ਭਾਵੇਂ 649 ਜਾਂ ਹੋਵੇ ਜਾਂ ਲੋਟੋ ਮੈਕਸ 11 ਕੈਂਟੇਜ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ ਜੇ ਕਹਿਣੇ ਤੋਂ ਬਾਅਦ ਤੁਰੰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ